ਜਿਹੜੇ ਲੋਨ ਵੀ ਤੁਹਾਡੇ ਇੱਥੇ ਚੱਲ ਰਹੇ ਕਿਸੇ ਦੇ, ਕਿਸੇ ਦੇ ਨਹੀਂ ਲਵਾਂ ਸਰ। ਉਹ ਹੈਲੋ ਸਰ, ਉਹ ਐਕਸਚੇਂਜ ਤਾਂ ਨਹੀਂ ਕਰ ਰਹੇ ਸੀ, ਐਕਸਚੇਂਜ ਦੀ ਪਾਵਰ ਪਹਿਲੇ ਦਿਨ ਤੋਂ ਹੀ ਨਹੀਂ ਸੀ। ਸਾਡੇ ਕੋਲ ਐਤਵਾਰ ਦੇ ਵਿੱਚ ਵੀ ਰਿਕਵਰੀ ਆਈ ਹੋਈ ਆ, ਅਸੀਂ ਹੁਣ ਇਹਨਾਂ ਨੂੰ ਅੱਗ ਲਾਈਏ ਨੋਟਾਂ ਨੂੰ, ਬੈਂਕ ਦੇ ਸਾਰਾ ਕੰਮ ਕਾਰ ਬੰਦ ਹੋਇਆ ਪਿਆ ਵਾ, ਅਸੀਂ ਡਿਪੋਜ਼ਿਟ ਸਾਡੇ ਕੋਲ ਆਉਂਦੇ ਆ, ਸਾਨੂੰ ਪੈਸਾ ਨਹੀਂ ਮਿਲ ਰਿਹਾ, ਹੁਣ ਅਸੀਂ ਸੈਣੀਆਂ ਨੂੰ ਤਾਲੇ ਲਾ ਕੇ ਘਰਾਂ ਨੂੰ ਬਹਿ ਜਾਂਦੇ ਹਾਂ। ਸਾਡੀ ਇਹ ਮੰਗ ਵਾ ਸਰਕਾਰ ਅੱਗੇ ਕਿ ਜੇ ਸਾਡੇ ਕੋਲ ਰਿਕਵਰੀ ਆਉਂਦੀ ਆ ਜਾਂ ਕਿਸੇ ਦੀ ਥੋੜ੍ਹੀ ਥੋੜ੍ਹੀ ਡਿਪੋਜ਼ਿਟ ਆਉਂਦੀ ਆ, ਉਹ ਸਾਡੇ ਕੋਲ ਪੁਰਾਣੇ ਨੋਟ ਲੈ ਜਾ। ਆਪਣਾ ਨਾਮ ਦੱਸਿਓ ਅੰਕਲ।
ਮੇਰਾ ਨਾਮ ਰਜਨੀਸ਼ ਤਿਵਾੜੀ ਸੰਮੀਪੁਰ ਸੈਕਟਰੀ ਤੋਂ ਪ੍ਰੈਜ਼ੀਡੈਂਟ ਤੋਂ ਕੱਲ 14 ਤਰੀਕ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਇੱਕ ਸਰਕੂਲਰ ਇਸ਼ੂ ਕਰਕੇ DCC ਬੈਂਕਾਂ ਮੀਨਜ਼ ਡਿਸਟ੍ਰਿਕਟ ਸੈਂਟਰ ਕੋਪਰੇਟਿਵ ਬੈਂਕਾਂ ਨੂੰ 500 ਦੇ ਅਤੇ 1000 ਦੇ ਨੋਟ ਲੈਣ ਤੋਂ ਜਿਹੜਾ ਉਹ ਮਨ੍ਹਾ ਕਰ ਦਿੱਤਾ ਗਿਆ ਆ ਔਰ ਇਸ ਦੇ ਨਾਲ ਸਾਡੀ ਜਿਹੜੀ ਆ ਅੱਜ ਤੋਂ ਬੈਂਕਿੰਗ ਜਿਹੜੀ ਅਸੀਂ ਆਪਣੇ ਬ੍ਰਾਂਚਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਔਰ ਸਾਰੇ ਇੰਡੀਆ ਦੇ ਵਿੱਚ ਜਿਹੜਾ ਸਰਕੂਲਰ ਇਸ਼ੂ ਹੋ ਗਿਆ ਅੱਜ ਤੋਂ ਅਸੀਂ ਜਿਹੜੇ 500 ਅਤੇ 1000 ਦੇ ਨੋਟ ਚਾਹੇ ਉਹ ਡਿਪੋਜ਼ਿਟ ਦੀ ਸ਼ਕਲ ਦੇ ਵਿੱਚ ਹੋਣ ਜਾਂ ਉਹ ਰਿਕਵਰੀ ਦੀ ਸ਼ਕਲ ਦੇ ਵਿੱਚ ਹੋਣ ਅਸੀਂ ਜਿਹੜਾ ਉਹਨਾਂ ਨੂੰ ਐਕਸੈਪਟ ਜਿਹੜੇ ਆ ਉਹ ਨਹੀਂ ਕਰ ਪਾ ਰਹੇ ਕਿਸੇ ਤਰ੍ਹਾਂ ਦੀ ਜੀ ਨਾ ਤਾਂ ਕੋਈ ਸੇਵਿੰਗ 'ਚ ਕਰਾਉਣਾ ਹੋਵੇ ਉਹ ਵੀ ਅਸੀਂ ਐਕਸੈਪਟ ਨਹੀਂ ਕਰ ਪਾ ਰਹੇ ਔਰ ਕੋਈ ਲੋਨ ਦੀ ਰਿਕਵਰੀ ਲੈ ਕੇ ਆ ਰਿਹਾ ਉਹ ਵੀ ਹਮ ਜਿਹੜੇ ਐਕਸੈਪਟ ਨਹੀਂ ਕਰ ਪਾ ਰਹੇ ਅੱਜ ਤੋਂ ਸਾਡੇ ਜਿਹੜੇ ਬ੍ਰਾਂਚਾਂ ਜਾਂ ਸਾਡੇ ਜਿਹੜੇ ਕਾਊਂਟਰ ਆ ਉਹਨਾਂ 'ਤੇ ਬਿਲਕੁਲ ਰਿਜ਼ਰਵ ਬੈਂਕ ਦੇ ਸਰਕੂਲਰ ਦੇ ਮੁਤਾਬਕ ਜਿਹੜੀਆਂ ਸਾਡੇ ਪ੍ਰਸ਼ਾਸਨ ਨੇ ਹਦਾਇਤਾਂ ਕਰਤੀਆਂ ਵੀ ਕਿਸੇ ਵੀ ਤੋਂ ਵੀ ਤੁਸੀਂ 500 ਦਾ ਜਾਂ 1000 ਦਾ ਨੋਟ ਜਿਹੜਾ ਉਹ ਐਕਸੈਪਟ ਨਹੀਂ ਕਰਨਾ ਇਹ 14 ਤਰੀਕ ਨੂੰ ਇਸ਼ੂ ਕੀਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਸਰਕੂਲਰ ਇਸ਼ੂ ਕੀਤਾ ਸਾਡੇ ਪੰਜਾਬ ਦੇ ਵਿੱਚ ਤਕਰੀਬਨ DCC ਬੈਂਕਾਂ ਦੀਆਂ ਟੋਟਲ ਬ੍ਰਾਂਚਾਂ 800 ਤੋਂ ਸਾਡੀਆਂ ਵੱਧ ਬ੍ਰਾਂਚਾਂ ਆ ਜੀ ਅਤੇ ਸਾਡਾ ਬ੍ਰਾਂਚਾਂ ਦਾ ਜਿਹੜਾ ਟੋਟਲ ਬਿਜ਼ਨਸ ਆ ਉਹਦੇ ਵਿੱਚ 80% ਬਿਜ਼ਨਸ ਸਾਡਾ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਜਿਹੜਾ ਬਿਜ਼ਨਸ ਇਹ ਸਾਡੀਆਂ ਬ੍ਰਾਂਚਾਂ ਕਰਦੀਆਂ ਹੈ ਕਿਸਾਨ ਸਾਡੇ ਨਾਲ ਜੁੜੇ ਹੋਏ ਆ ਗਰੀਬ ਮਜ਼ਦੂਰ ਜਿਹੜੇ ਆ ਉਹ ਸਾਡੇ ਮੈਕਸੀਮਮ ਕਸਟਮਰ ਆ ਔਰ ਕਈ ਤਾਂ ਇਹੋ ਜਿਹੇ ਲੋਕ ਵੀ ਪਿੰਡਾਂ ਦੇ ਵਿੱਚ ਹੋਣਗੇ ਜਿਨ੍ਹਾਂ ਦਾ ਕਿਸੇ ਵੀ ਪਬਲਿਕ ਸੈਕਟਰ ਦੀਆਂ ਬੈਂਕਾਂ ਦੇ ਵਿੱਚ ਜਾਂ ਕਮਰਸ਼ੀਅਲ ਬੈਂਕਾਂ ਦੇ ਵਿੱਚ ਕਿਤੇ ਵੀ ਖਾਤਾ ਨਹੀਂ ਉਹਨਾਂ ਦੇ ਖਾਤੇ ਇਕੱਲੇ ਸੈਂਟਰਲ ਕੋਪਰੇਟਿਵ ਬੈਂਕਾਂ ਦੇ ਵਿੱਚ ਹੀ ਉਹਨਾਂ ਦੇ ਖਾਤੇ ਹੈਗੇ ਨਹੀਂ ਜਿਹੜਾ DCCB ਦਾ ਕਰਜ਼ਾ ਆ ਉਹ ਰੈਦਰ ਦੈਨ ਜਿਹੜਾ ਪਬਲਿਕ ਸੈਕਟਰ ਬੈਂਕ ਆ ਜਾਂ ਕਮਰਸ਼ੀਅਲ ਬੈਂਕਾਂ ਆ ਉਹਨਾਂ ਨੂੰ ਸਾਡੀ ਪਰਸੈਂਟੇਜ ਜਿਹੜੀ ਬਹੁਤ ਘੱਟ ਹੈਗੀ ਆ ਬਾਕੀ ਜਿਹੜੇ ਕਰਜ਼ੇ ਵਾਲੀ ਗੱਲ ਤੁਸੀਂ ਕਹਿ ਰਹੇ ਹੋ ਵੀ ਜ਼ਿਆਦਾ ਲੋਕ ਕਰਜ਼ਾ ਜਮ੍ਹਾਂ ਕਰਾਉਣ ਆਉਂਦੇ ਆ ਨਹੀਂ ਜ਼ਿਆਦਾ ਲੋਕ ਡਿਪੋਜ਼ਿਟ ਵੀ ਜਮ੍ਹਾਂ ਕਰਾਉਣ ਆਉਂਦੇ ਆ ਜਿੱਥੇ ਕਰਜ਼ੇ ਦੀ ਰਿਕਵਰੀ ਆ ਰਹੀ ਆ ਉੱਥੇ ਡਿਪੋਜ਼ਿਟ ਬਹੁਤ ਬਲਕ ਦੇ ਵਿੱਚ ਡਿਪੋਜ਼ਿਟ ਵੀ ਆ ਰਹੀ ਆ ਜੇ ਉਹ ਡਿਪੋਜ਼ਿਟ ਅਸੀਂ ਨਹੀਂ ਐਕਸੈਪਟ ਕਰਾਂਗੇ ਨੋਟ 500 ਦਾ 1000 ਦਾ ਐਕਸੈਪਟ ਨਹੀਂ ਕਰਾਂਗੇ ਤਾਂ ਸਾਡੀ ਜਿਹੜੀ ਆ ਰਿਕਵਰੀ ਵੀ ਪ੍ਰਭਾਵਿਤ ਹੋਏਗੀ ਔਰ ਸਾਡੀ ਜਿਹੜੀ ਆ ਡਿਪੋਜ਼ਿਟ ਵੀ ਉਹਦੇ ਨਾਲ ਪ੍ਰਭਾਵਿਤ ਹੋਏਗੀ ਔਰ ਅਸੀਂ ਅਗਾਂਹ ਫਰਦਰ ਇਨਵੈਸਟ ਜਿਹੜੀ ਆ ਇਹਨੂੰ ਅਸੀਂ ਲੋਨ ਦੀ ਸ਼ਕਲ ਦੇ ਵਿੱਚ ਅਗਾਂਹ ਅੱਗੇ ਦੇ ਵੀ ਨਹੀਂ ਸਕਾਂਗੇ ਜਿਹੜਾ ਕਰਜ਼ਾ ਵੀ ਨਹੀਂ ਦੇ ਸਕਾਂਗੇ ਅੱਜ ਅਸੀਂ ਮੈਂ ਬਤੌਰ ਫੈਡਰੇਸ਼ਨ ਪ੍ਰਧਾਨ ਮੈਂ ਗੁਰਨੇਕ ਸਿੰਘ ਢਿੱਲੋਂ ਸਟੇਟ ਆਫ ਕੋਪਰੇਟਿਵ ਬੈਂਕ ਇੰਪਲਾਈ ਫੈਡਰੇਸ਼ਨ ਦਾ ਸਟੇਟ ਆਫ ਪੰਜਾਬ ਦਾ ਪ੍ਰਧਾਨ ਹਾਂ ਜੀ ਅੱਜ ਅਸੀਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਰਿਜ਼ਰਵ ਬੈਂਕ ਨੂੰ ਇਹ ਜਿਹੜਾ ਸਰਕੂਲਰ ਤੁਸੀਂ ਜਿਹੜਾ ਸਟੇਟ ਨੂੰ 14/11 ਨੂੰ ਇਸ਼ੂ ਕੀਤਾ ਆ ਇਹਦੇ ਵਿੱਚ ਜ਼ਰੂਰ ਸੋਧ ਕੀਤੀ ਜਾਵੇ ਔਰ ਕੋਪਰੇਟਿਵ ਬੈਂਕਾਂ ਨੂੰ DCCB ਨੂੰ ਆਲ ਓਵਰ ਇੰਡੀਆ ਦੇ ਵਿੱਚ ਜਿਹੜਾ ਆ ਪਬਲਿਕ ਸੈਕਟਰ ਦੀ ਬੈਂਕ ਦੀ ਤਰ੍ਹਾਂ ਔਰ ਕਮਰਸ਼ੀਅਲ ਆਪਣੇ ਸੋਰੀ ਦੁਆਰਾ ਕਰਦਾ ਅੱਜ ਮੈਂ ਬਤੌਰ ਫੈਡਰੇਸ਼ਨ ਪ੍ਰਧਾਨ ਰਿਜ਼ਰਵ ਬੈਂਕ ਦੇ ਗਵਰਨਰ ਸਾਹਿਬ ਨੂੰ ਔਰ ਰਿਜ਼ਰਵ ਬੈਂਕ ਦੇ ਜਿਹੜੇ CGM ਜਿਨ੍ਹਾਂ ਨੇ ਕੱਲ੍ਹ ਇਹ ਸਰਕੂਲਰ ਇਸ਼ੂ ਕੀਤਾ ਆਪਣੇ ਸਾਈਨਾਂ ਦੇ ਨਾਲ ਉਹਨਾਂ ਨੂੰ ਅੱਜ ਅਸੀਂ ਰਿਕੁਐਸਟ ਕੀਤੀ ਆ ਉਹਨਾਂ ਨੂੰ ਮੇਲ ਕੀਤੀ ਆ ਚਿੱਠੀ ਲਿਖ ਕੇ ਵੀ ਸਾਨੂੰ ਜਿਹੜੀ ਆ ਇਹ ਸਹੂਲਤ ਅਸੀਂ ਨੋਟ ਐਕਸਚੇਂਜ ਕਰਨ ਦੀ ਸਹੂਲਤ ਵੀ ਸਾਨੂੰ ਦਿੱਤੀ ਜਾਵੇ ਔਰ ਸਾਨੂੰ 500 ਅਤੇ 1000 ਦਾ ਨੋਟ ਜਿਹੜਾ ਉਹ ਐਕਸੈਪਟ ਕਰਨ ਦੀ ਵੀ ਜਿਹੜੀ ਸਹੂਲਤ ਆ ਉਹ ਲਾਗੂ ਕੀਤੀ ਜਾਵੇ ਤਾਂ ਜੋ ਸਾਡਾ ਜਿਹੜਾ ਕਸਟਮਰ ਆ ਉਹ ਜਿਹੜੇ ਆ ਉਹ ਪ੍ਰਭਾਵਿਤ ਨਾ ਹੋਣ ਕਸਟਮਰ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਨਾ ਆਵੇ ਇਹ ਜਿਹੜਾ ਸਰਕੂਲਰ ਇਸ਼ੂ ਕੀਤਾ ਗਿਆ ਜੀ ਰਿਜ਼ਰਵ ਬੈਂਕ ਵੱਲੋਂ ਜੇ ਇਹਦੇ ਵਿੱਚ ਸੋਧ ਨਹੀਂ ਹੁੰਦੀ ਤਾਂ ਇੰਡੀਆ ਦੇ ਵਿੱਚ ਸਾਰੀਆਂ ਜਿਹੜੀਆਂ ਸੈਂਟਰ ਡਿਸਟ੍ਰਿਕਟ ਸੈਂਟਰ ਕੋਪਰੇਟਿਵ ਬੈਂਕ ਹੈਗਾ ਉਹਨਾਂ ਨੂੰ ਜਿਹੜਾ ਬਿਜ਼ਨਸ ਕਰਨ ਦੇ ਵਿੱਚ ਬੜੀ ਦਿੱਕਤ ਆਏਗੀ ਸਾਡੀ ਰਿਕਵਰੀ ਇਫੈਕਟ ਹੋਏਗੀ ਸਾਨੂੰ ਰਿਕਵਰੀ ਨਹੀਂ ਸਾਡੀ ਆਏਗੀ ਸਾਨੂੰ ਕੋਲ ਲੋਕ ਜਿਹੜੇ ਡਿਪੋਜ਼ਿਟ ਦੀ ਸ਼ਕਲ ਵਿੱਚ ਪੈਸੇ ਲੈ ਕੇ ਆ ਰਹੇ ਆ ਉਹ ਸਾਡੇ ਨਹੀਂ ਘਟੇਗੀ ਸਾਡੀ ਬੈਂਕਾਂ ਦੀ ਜਿਹੜੀ ਗਰੋਥ ਘਟੇਗੀ ਔਰ ਮੈਂ ਤਾਂ ਇੱਥੇ ਤੱਕ ਕਹੂੰਗਾ ਵੀ ਸਾਡੀਆਂ ਬੈਂਕਾਂ ਦਾ ਜਿਹੜਾ ਆ ਉਹ ਬਹੁਤ ਜਲਦੀ ਜਿਹੜਾ ਉਹ ਪਤਨ ਹੋ ਜਾਏਗਾ ਇਸ ਸਰਕੂਲਰ ਦੇ ਮੁਤਾਬਕ ਜੇ ਅਸੀਂ ਹੁਣ ਇਸ ਵੇਲੇ ਜਿਹੜਾ ਆ ਉਹ ਅਸੀਂ ਲੋਕਾਂ ਦੇ ਕੋਲੋਂ ਆਪਣੇ ਕਸਟਮਰ ਦੇ ਕੋਲੋਂ ਜ਼ਿਮੀਂਦਾਰਾਂ ਦੇ ਕੋਲੋਂ ਮਜ਼ਦੂਰਾਂ ਦੇ ਕੋਲੋਂ ਜੇ ਅਸੀਂ ਪੁਰਾਣੇ ਨੋਟਾਂ ਦੇ ਵਿੱਚ ਜਿਹੜੀ ਆ ਉਹ ਰਿਕਵਰੀ ਨਹੀਂ ਐਕਸੈਪਟ ਕਰਦੇ ਉਹਨਾਂ ਦੀ ਡਿਪੋਜ਼ਿਟ ਨਹੀਂ ਐਕਸੈਪਟ ਕਰਦੇ